ਅਸਲਾਮ ਵਾਲੇਕਮ ਸਟਰਲਿੰਗ ਰੇਡੀਓ ਦੇ ਵਿੱਚ ਜੀ ਆਇਆਂ ਨੂੰ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਮਹੀਨਿਆਂ ਦੇ ਬਾਰੇ ਹਰ ਮਹੀਨੇ ਦੀ ਵੱਖਰੀ ਵੱਖਰੀ ਡਿਟੇਲ ਵੱਖਰੀ ਵੱਖਰੀ ਤਫਸੀਲ ਦੱਸਾਂਗੇ ਜਿਹਦੇ ਵਿੱਚ ਉਹਦੇ ਮੌਸਮ ਦਾ ਗੱਲ ਦੱਸਾਂਗੇ ਕਿਹੋ ਜਿਹਾ ਮੌਸਮ ਹੁੰਦਾ ਕਿਹੜੀ ਕਿਹੜੀਆਂ ਫਸਲਾਂ ਬੀਜੇ ਜਾਂਦੀਆਂ ਕਿਹੜੀ ਕਿਹੜੀਆਂ ਫਸਲਾਂ ਵੜੀਆਂ ਜਾਂਦੀਆਂ ਤੇ ਉਹਦੇ ਬਾਰੇ ਜੇ ਕੋਈ ਕਹਾਵਤ ਸਾਡੇ ਕੋਲ ਹੈਗੀ ਬਣੀ ਤੇ ਉਹ ਅਸੀਂ ਦੱਸਾਂਗੇ ਤੁਹਾਨੂੰ ਦੇ ਸਾਲ ਦਾ ਪਹਿਲਾ ਮਹੀਨਾ ਦਾ ਚੇਤ ਜਾਂ ਚੇਤਰ ਇਹਦੇ ਬਾਰੇ ਜਿਹੜੀ ਪਹਿਲੀ ਖਾਵਾ ਤਾਂ ਉਹਦੀ ਗੱਲ ਕਰ ਲੈਨੇ ਆ ਮੀਂਹ ਪਿਆ ਚੇਤਰ ਅਨਨਮਾਵੇ ਖੇਤਰ ਮੀਂਹ ਪਿਆ ਚੇਤਰ ਅਨਨਮਾਵੇ ਖੇਤਰ ਮਤਲਬ ਇਹਦੇ ਵਿੱਚ ਜਿਹੜਾ ਕੋਈ ਬਾਰਿਸ਼ ਹੁੰਦੀ ਹੈ ਉਹ ਫਸਲ ਵਾਸਤੇ ਬੜੀ ਚੰਗੀ ਹੁੰਦੀ ਹੈ ਹੁਣ ਫਸਲਾਂ ਦੀ ਤਸੀਲ ਵੇਖ ਲਈਏ ਕਿ ਫਸਲਾਂ ਕਿਹੜੀਆਂ ਕਿਹੜੀਆਂ ਚੇਤਰ ਦੇ ਵਿੱਚ ਹੁੰਦੀਆਂ ਜਾਂ ਵੱਧਦੇ ਆਸੀਂ ਚੇਤੇ ਦੇ ਮਹੀਨੇ ਵਿੱਚ ਜਿਵੇਂ ਮੀਂਹ ਪਵੇ ਤੇ ਫਾਇਦਾ ਹੁੰਦਾ ਇਹਦੇ ਵਿੱਚ ਜਿਹੜੀ ਫਸਾਲੇ ਉਹ ਕਿਉਂਕਿ ਚੇਤਰ ਜਿਹੜਾ ਹੈ ਉਹ ਮਾਰਚ ਤੇ ਅਪ੍ਰੈਲ ਜਿਹੜੇ ਸਾਡੇ ਅੰਗਰੇਜ਼ੀ ਮਹੀਨੇ ਨੇ ਉਹਨਾਂ ਦੇ ਵਿੱਚਕਾਰ ਹੁੰਦਾ ਮਾਰਚ ਤੇ ਅਪ੍ਰੈਲ ਅੱਧ ਮਾਰਚ ਸ਼ੁਰੂ ਹੁੰਦਾ ਤੇ ਅੱਧ ਅਪ੍ਰੈਲ ਤੱਕ ਜਾਂਦਾ ਤੁਹਾਨੂੰ ਤਫਸੀਲ ਦੱਸੀ ਪਹਿਲੇ ਤੇ ਇਹਦੇ ਮੁਤਾਬਕ ਜਿਹੜਾ ਸਾਡਾ ਚੇਤਰ ਹੈ ਉਹ ਮਾਰਚ ਤੇ ਅਪ੍ਰੈਲ ਦੇ ਵਿੱਚਕਾਰ ਹੁੰਦਾ ਹੈ ਤੇ ਇਹਦੇ ਵਿੱਚ ਕਣਕ ਸਾਡੀ ਜਿਹੜੀ ਹੈ ਉਹ ਉਗਣ ਦੇ ਹੀ ਹੁੰਦੀ ਹੈ ਉਹਦਾ ਗਰੋਇੰਗ ਸੀਜ਼ਨ ਹੁੰਦਾ ਤੇ ਜਦੋਂ ਕਣਕ ਗੋਭ ਤੇ ਆ ਜਾਵੇ ਗੋਭ ਤੇ ਮਤਲਬ ਜਦੋਂ ਛੱਟਾ ਬਣ ਲਾਪੋਵੇ ਤੇ ਉਦੋਂ ਜੇ ਮੀਂਹ ਪਵੇ ਤੇ ਉਹਦਾ ਬਹੁਤ ਫਾਇਦਾ ਹੁੰਦਾ ਤੇ ਇਸ ਮਹੀਨੇ ਦੇ ਵਿੱਚ ਜੇ ਮੀਂਹ ਪਵੇ ਤੇ ਉਹਦਾ ਬੜਾ ਹੀ ਫਾਇਦਾ ਹੁੰਦਾ ਹੈ ਕਣਕ ਦੀ ਫਸਲ ਵਾਸਤੇ ਤੇ ਇਸ ਤੋਂ ਇਲਾਵਾ ਆਲੂ ਦੀ ਫਸਲ ਇਸ ਇਨਾ ਮਹੀਨੇ ਵਿੱਚੀ ਜਾਂਦੀ ਹੈ ਮਾਰਚ ਅਪ੍ਰੈਲ ਚ ਬੀਜ ਕੇ ਫਿਰ ਉਗਦੀ ਫਿਰ ਉਸ ਤੋਂ ਬਾਅਦ ਮਈ ਜੂਨ ਦੇ ਵਿੱਚ ਜਨ ਵੱਢ ਲੈਂਦੇ ਨੇ ਤੇ ਜਿਹੜੀ ਚੇਤਰ ਬੰਦਾ ਹੈ ਮਾਰਚ ਅਪ੍ਰੈਲ ਦੇ ਦਰਮਿਆਨ ਜਿਹੜਾ ਮਹੀਨਾ ਬੰਦਾ ਚੇਤਰ ਦੇ ਵਿੱਚ ਤੇ ਜਿਹੜਾ ਗੰਨਾ ਹੈ ਉਹ ਮਾਰਚ ਅਪ੍ਰੈਲ ਦੇ ਵਿੱਚ ਲਾਇਆ ਜਾਂਦਾ ਤੇ ਗੰਨੇ ਗੰਨਾ ਵੀ ਤੁਹਾਨੂੰ ਪਤਾ ਗੰਨਾ ਫਸਲ ਜਿਹੜੀ ਪਹਿਲੀ ਜਿਹੜੀ ਹੋਵੇ ਬ ਵਾ ਵਾਈ ਬੀਜੀ ਕਰਕੇ ਉੱਤੇ ਉਹਦੇ ਤੇ ਹਲ ਚਲਾ ਕੇ ਫਿਰ ਉਹਦੇ ਤੇ ਸੁਹਾਗਾ ਮਾਰਦੇ ਉੱਤੇ ਖੇਲਾਪ ਹੁੰਦੇ ਨੇ ਨਿੱਕੇ ਏਡੀਆਂ ਵੱਡੀਆਂ ਨਹੀਂ ਹੁੰਦੀਆਂ ਪੂਰੀਆਂ ਹੀ ਖੇਲਾ ਪਾਈਦੀਆਂ ਫਿਰ ਉਹਦੇ ਵਿੱਚ ਗੰਨੇ ਦੇ ਜਿਹੜਾ ਉਹ ਬੀ ਜਿਹੜਾ ਵੱਢਿਆ ਹੁੰਦਾ ਗੰਨੇ ਦੇ ਪੀਸ ਕੀਤੇ ਹੁੰਦੇ ਉਹਨਾਂ ਨੂੰ ਸੁੱਟਦੇ ਨੇ ਅੱਖਾਂੜੀਆਂ ਹੁੰਦੀਆਂ ਉਹਨਾਂ ਨੂੰ ਸੁੱਟਦੇ ਨੇ ਉਹ ਸੁੱਟ ਕੇ ਤੇ ਫਿਰ ਉਸ ਤੋਂ ਬਾਅਦ ਉੱਤੇ ਮਿੱਟੀ ਮਾੜੀ ਜੀ ਉੱਤੇ ਮਾੜੀ ਜੀ ਮਿੱਟੀ ਛੜਾ ਦਿੰਦੀ ਹੈ ਉਹ ਨਾਲ-ਨਾਲ ਛੜਾ ਦਿੰਦੇ ਨੇ ਜਾਂ ਬਾਅਦ ਚ ਕੋਈ ਟਰੈਕਟਰ ਵੀ ਬਾਅਦ ਚ ਨਗਾਉਂਦੇ ਨੇ ਫਿਰ ਉਸ ਤੋਂ ਬਾਅਦ ਪਾਣੀ ਲੱਗਦਾ ਤੇ ਗੰਨੇ ਦੀ ਫਸਲ ਜਿੰਨਾ ਪਾਣੀ ਲੱਗੇ ਉਨਾ ਹੀ ਕੱਟ ਹੁੰਦਾ ਤੇ ਇਹ بارش ਫਸ ਗੰਨੇ ਦੀ ਫਸਲ ਵਾਸਤੇ ਬੜੀ ਚੰਗੀ ਜੀ ਗੰਨਾ ਤਾਂ ਵੈਸੇ ਸਾਰਾ ਸਾਲ ਹੀ ਚੱਲਦਾ ਰਹਿੰਦਾ ਅੱਜ ਕੱਲ ਮਤਲਬ ਇਸ ਮਹੀਨੇ ਚ ਲਗਣਾ ਚੇਤਰ ਤੋਂ ਪਹਿਲੇ ਲਗਣਾ ਪੈਂਦਾ ਤੇ ਚੇਤਰ ਜੇ ਲੱਗਦਾ ਫਿਰ ਉਸ ਤੋਂ ਬਾਅਦ ਚੇਤਰ ਵਿਸਾਖ ਜੇਠ ਹੜਾ ਸੌਣ ਪਾਦ ਮਸੂਕਤਾ ਮੱਗਰ ਪੋ ਮੱਗਰ ਤੇ ਪੋ ਦੇ ਜਾ ਕੇ ਫਿਰ ਵੜਿਆ ਜਾਂਦਾ ਤੇ ਫਿਰ ਦੁਬਾਰਾ ਤੋਂ ਇੱਕ ਮਹੀਨਾ ਖਲੋ ਕੇ ਤੇ ਫਿਰ ਉਸ ਤੋਂ ਬਾਅਦ ਚੇਤਰ ਜੀ ਦੁਬਾਰਾ ਫਿਰ ਲਗਣ ਲਗਣ ਲਾ ਪੈਂਦਾ ਕਈ ਤੇ ਦੁਬਾਰਾ ਲੰਮਦੇ ਨੇ ਕਈ ਜਿਹੜਾ ਉਹ ਫੋੜ ਤੋਕਦਾ ਜਿਹੜਾ ਉਹਲਾ ਮਾਮਲਾ ਹੁੰਦਾ ਕਿ ਇੱਕ ਇੱਕ ਲਈ ਲੱਗਾ 2 3 4 5 ਫੋਟਾਂ ਦੇ ਦਿੰਦਾ ਫੋਟ ਮਤਲਬ ਜਿਹੜੀ ਫਸਲ ਵੱਡੀ ਹੈ ਤੇ ਉਹਦੀ ਉਹਦੀਆਂ ਜੜ੍ਹਾਂ ਤੋਂ ਫਿਰ ਦੁਬਾਰਾ ਉਹੀ ਫਸਲ ਉੱਗ ਪਵੇ ਉਹਨੂੰ ਕਹਿੰਦੇ ਨੇ ਫੋਟ ਹੋ ਜਾਣਾ ਤੇ ਇਹ ਵਾਸਤੇ ਚੰਗਾ ਦਾ ਇਸ ਮਹੀਨੇ ਦੇ ਵਿੱਚ ਆਲੂ ਜਿਹੜਾ ਵਾ ਉਹ ਵੀ ਬੀਜਿਆ ਜਾਂਦਾ ਵਾ ਤੇ ਆਲੂ ਵੀ ਵਾਸਤੇ ਹੀ ਪਾਣੀ ਚੰਗਾ ਹੁੰਦਾ ਤੇ ਮਾਰਚ ਅਪ੍ਰੈਲ ਦੇ ਵਿੱਚ ਇਹ ਸਾਰੀਆਂ ਫਸਲਾਂ ਬੀਜੀਆਂ ਜਾਂਦੀਆਂ ਜਿਹੜਾ ਕਿ ਸਾਡਾ ਮਾਰਚ ਤੇ ਅਪ੍ਰੈਲ ਦੇ ਅੱਧ ਵਿੱਚ ਸਾਡਾ ਚੇਤਰ ਦਾ ਮਹੀਨਾ ਬਣਦਾ ਅੱਜ ਦੀ ਚੇਤਰ ਦੀ ਗੱਲ ਹੋ ਗਈ ਹੈ ਤੇ ਦੁਆਵਾਂ ਯਾਦ ਰੱਖਿਆ ਜੀ ਆਪਣਾ ਖਿਆਲ ਰੱਖਿਆ ਜੀ ਤੇ ਰੱਬ ਰੱਖਾ